ਫਾਜ਼ਿਲਕਾ ਚ ਆਮ ਆਦਮੀ ਪਾਰਟੀ ਦੇ ਲੀਡਰ ਮਨਦੀਪ ਬਰਾੜ ਨੂੰ ਅਕਾਲੀ ਦਲ ਦੇ ਲੀਡਰ ਨੇ ਗੋਲੀ ਮਾਰੀ। ਗੋਲੀ ਮਨਦੀਪ ਦੇ ਸਿੱਧੀ ਛਾਤੀ 'ਚ ਲੱਗੀ, ਜਿਸ ਤੋਂ ਬਾਅਦ ਮਨਦੀਪ ਨੂੰ ਲੁਧਿਆਣਾ ਦੇ DMC ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਮਨਦੀਪ ਪੰਚਾਇਤੀ ਚੋਣਾਂ 'ਚ ਉਮੀਦਵਾਰ। ਹਾਲਾਂਕਿ ਅੱਜ MLA ਗੋਲਡੀ ਵੱਲੋਂ ਫੇਸਬੁੱਕ 'ਤੇ ਪੋਸਟ ਪਾਏ ਸਾਫ਼ ਕਰ ਦਿੱਤਾ ਗਿਆ ਕਿ ਮਨਦੀਪ ਹੁਣ ਠੀਕ ਹੈ ਅਤੇ ਖਤਰੇ ਤੋਂ ਬਾਹਰ ਹੈ। ਦਰਅਸਲ ਫਾਜ਼ਿਲਕਾ 'ਚ ਬੀਤੇ ਕੱਲ੍ਹ ਘਟਨਾ ਵਾਪਰੀ। ਆਮ ਆਦਮੀ ਪਾਰਟੀ ਅਤੇ ਅਕਾਲੀ ਲੀਡਰ 'ਚ ਆਪਸ 'ਚ ਲੜਾਈ ਹੋਈ, ਜਿਸ ਤੋਂ ਬਾਅਦ ਅਕਾਲੀ ਲੀਡਰ ਨੇ ਆਪ ਲੀਡਰ ਮਨਦੀਪ ਬਰਾੜ 'ਤੇ ਗੋਲੀ ਚਲਾ ਦਿੱਤੀ। ਮਨਦੀਪ ਦੇ ਨਾਲ ਦੋ ਹੋਰ ਨੌਜਵਾਨਾਂ 'ਤੇ ਵੀ ਗੋਲੀ ਲੱਗੀ, ਜਿਨ੍ਹਾਂ ਨੂੰ ਲੁਧਿਆਣਾ ਦੇ DMC ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਸ ਦੀ ਖਬਰ ਮਿਲਦੇ ਹੀ ਆਪ MLA ਗੋਲਡੀ ਕੰਬੋਜ਼ੀ ਮੌਕੇ 'ਤੇ ਹਸਪਤਾਲ ਪਹੁੰਚੇ। ਸਰ, ਕੀ ਮਸਲਾ ਕੀ ਹੋਇਆ ਜੀ? ਮਸਲਾ ਅਸੀਂ ਤਾਂ ਮਾਰਕੀਟ ਮੀਟਿੰਗ ਰੱਖ ਰਹੇ ਸੀ, ਜਿਵੇਂ ਲੋਕਾਂ ਨੂੰ ਮਿਲਦੇ ਆ ਪਬਲਿਕ ਨੂੰ, ਕਿਉਂਕਿ ਪੰਚਾਇਤੀ ਇਲੈਕਸ਼ਨ ਕਰਕੇ ਅੱਜ ਲਾਸਟ ਡੇਟ ਸੀ ਇਤਰਾਜ ਦੀ ਜੀ। ਤਾਂ ਯਕਦਮ ਮੈਨੂੰ ਫੋਨ ਆਇਆ ਵੀ ਕਹਿੰਦੇ ਐਂ ਕਰਕੇ ਗੋਲੀ ਚੱਲ ਗਈ ਵੀਡੀਓ ਆਫਿਸ। ਤਾਂ ਅਸੀਂ ਉੱਧਰ ਮੈਂ ਹੋਇਆ ਕੀ ਹੈ, ਕਹਿੰਦੇ ਮਨਦੀਪ 'ਤੇ ਗੋਲੀ ਵੱਜ ਗਈ, ਮਨਦੀਪ ਬਰਾੜ ਦੀ। ਅਸੀਂ ਉੱਥੋਂ ਬਾਹਰ ਨਿਕਲੇ ਹਾਂ ਅਤੇ ਮਨਦੀਪ ਨੂੰ ਲੈ ਕੇ ਸਿਵਲ ਹਸਪਤਾਲ ਆਈ ਜਾਂਦੇ ਸੀ। ਇੱਥੇ ਅੱਗੇ ਪਤਾ ਲੱਗਿਆ ਵੀ ਨੋਨੀ ਨੇ ਆਪ ਉਹਦੇ ਗੋਲੀ ਮਾਰੀ, ਛਾਤੀ 'ਚ ਇੱਥੇ ਉਹਦੀ ਗੋਲੀ ਲੱਗੀ ਹੈ, ਹਾਲੇ ਅੰਦਰ ਹੀ ਹੈ, ਇੱਕ ਸਾਡੇ ਹੋਰ ਬੱਚੇ 'ਤੇ ਗੋਲੀ ਲੱਗੀ ਹੈ। ਸੋ ਬੜੀ ਮੰਦਭਾਗੀ ਘਟਨਾ ਹੈ, ਜੇ ਐਡਾ ਗੁੱਸਾ ਤੁਹਾਡੇ 'ਚ ਬਾਹਲਾ ਆਇਆ ਤਾਂ ਤੁਸੀਂ ਉਹੀ ਸਿੱਧਾ ਸਾਡੇ ਨਾਲ ਕਰੋ, ਪਰ ਬਹੁਤ ਮਾੜੀ ਗੱਲ ਹੈ ਇਹੋ ਜਿਹਾ ਕੰਮ ਕਰਨਾ, ਕਿ ਪੰਚਾਇਤੀ ਇਲੈਕਸ਼ਨ ਤੁਹਾਡੀ ਜਾਨ ਨਿਕਲਦੀ ਹੈ ਬੜੀ। ਬਾਕੀ ਚਲੋ, ਜੋ ਕਾਰਨ ਕੋਈ ਪਤਾ ਲੱਗਿਆ, ਕਾਰਨ ਕੀ ਕਾਰਨ ਸੀ? ਕੋਈ ਕਾਰਨ ਨਹੀਂ, ਅੱਜ ਤਰਾਜ ਤਰੂਜ ਸੀਗੇ, ਕਿਸੇ ਨੇ ਤਰਾਜ ਲਾਏ ਹੋਣੇ, ਕੋਈ ਹੋਇਆ ਹੋਣਾ, ਆਈ ਡੋਂਟ ਨੋ ਕੀ ਹੁਣ ਮਸਲਾ ਹੈ, ਕਿਉਂ BDO ਦਫ਼ਤਰ ਘੰਟਾ ਹੋ ਕੇ ਬੈਠੇ। ਮੈਂ ਤਾਂ ਡਿਪਟੀ ਸਾਹਿਬ ਨੂੰ ਪੁੱਛਿਆ, ਕਹਿੰਦੇ ਮੈਂ ਗਿਆ ਸੀ ਉਦੋਂ ਉੱਥੇ ਬੈਠੇ ਸੀ BDO ਸਾਹਿਬ, ਉੱਥੋਂ ਉੱਠ ਕੇ ਬਾਹਰ ਆਏ, ਉੱਥੇ ਇਹਨਾਂ ਦਾ ਕੀ ਗੱਲਬਾਤ ਹੋਈ ਹੈ ਉਹ ਤੁਹਾਨੂੰ ਬਾਅਦ 'ਚ ਪਤਾ ਲੱਗੂਗਾ, ਪਰ ਬਹੁਤ ਮੰਦਭਾਗੀ ਘਟਨਾ ਇਹੋ ਜਿਹੀ ਘਟਨਾ। ਕੌਣ ਕੌਣ ਲੋਕ ਸੀਗੇ ਉੱਥੇ? ਨੋਨੀ ਮਾਨ ਨੇ ਗੋਲੀ ਚਲਾਈ, ਨਾਲ ਦਾ ਬੌਬੀ ਸੀ, ਵਾਈਫ ਐਰ ਬਹੁਤ ਹੋਏ ਉੱਥੇ। ਅੱਛਾ, ਨਾਲੇ ਦੇ ਹੋਰ ਦੋਨਾਂ ਦੇ ਬੇਟੇ ਸੀ, ਬਾਕੀ ਦੱਸਣਗੇ ਕੌਣ ਕੌਣ ਸੀ। ਉਹ ਨੌਜਵਾਨ ਦੇ ਹਾਲਾਤ ਇਸ ਟਾਈਮ ਕਿਵੇਂ ਨੇ ਜੀ, ਜਿਹੜੇ ਰੈਫਰ ਕੀਤੇ? ਹਾਲੇ ਤਾਂ ਯਕਦਮ ਥੋੜ੍ਹਾ ਬੋਲਦਾ ਭਰਾ ਸਕਦਾ, ਮੈਂ ਉਹਦੀ ਉਮਰ ਲੰਮੀ ਕਰੇ, ਕੋਈ ਮੁਸੀਬਤ ਵੀ ਨਾ ਹੋਵੇ ਟੱਚ ਹੋਏ। ਇਕੱਲਾ ਇਕੱਲਾ ਸਾਡਾ ਮੁੰਡਾ, ਮਾਤਾ ਦਾ ਫਾਦਰ ਉਹਦੇ ਡੈਥ ਹੋਈ, ਸੋ ਬਾਕੀ ਉਸ ਪਰਮਾਤਮਾ ਦੇ। ਕਿਹੜੇ ਪਿੰਡ ਨਾਲ ਸੰਬੰਧਿਤ ਨੇ? ਚੱਕ ਮੰਮਦੇ ਵਾਲੇ, ਸਰਪੰਚੀ ਦਾ ਕੈਂਡੀਡੇਟ ਸੀ। ਚੱਕ ਮੰਮਦੇ ਵਾਲੇ, ਮਨਦੀਪ ਬਰਾੜ। ਮਨਦੀਪ ਬਰਾੜ ਅਤੇ ਕਿਹੜੇ ਰੈਫਰ ਕੀਤਾ ਗਿਆ ਜੀ? ਹਾਂ, DMC ਰੈਫਰ। DMC ਨੋਨੀ ਮਾਨ ਤੇ ਉਹਦਾ ਬ੍ਰਦਰ ਤੇ ਬਾਕੀ ਹੋਰ ਜਾਣੇ ਜਿਹੜੇ ਹੈਗੇ ਆਏ, ਉਹਨਾਂ ਦਾ ਜਿਹੜਾ ਉੱਥੇ ਰਿਟ ਸੀਗੀ, ਜਿਹਦੇ ਰਿਗਾਰਡਿੰਗ ਉਹ ਚੱਲ ਰਹੇ ਸੀਗੇ ਕਿ ਉਹ ਪੰਚਾਇਤ, ਜਿਹੜਾ ਪੰਚਾਇਤ ਦੇ ਹੱਕ 'ਚ ਸਕੂਲ ਦਾ ਫੈਸਲਾ ਹੋ ਗਿਆ ਸੀਗਾ, ਉਹ ਇਸ ਚੀਜ਼ ਨੂੰ ਚਾਹੁੰਦੇ ਸੀਗੇ ਵੀ ਜਿਹੜਾ ਉਹ ਫੈਸਲਾ ਹੋਇਆ ਵੀ ਉਹਨੂੰ ਰਿਵਿਊ ਕੀਤਾ ਜਾਵੇ, ਨਹੀਂ ਤਾਂ ਅਦਰਵਾਈਜ਼ ਕਾਗਜ਼ ਰੱਦ ਹੁੰਦੇ ਹੈਗੇ ਆ। ਇਸੇ ਦੌਰਾਨ ਉਹਨਾਂ ਦੀ ਉੱਥੇ ਗੱਲ BDO ਨਾਲ ਚੱਲ ਰਹੀ ਸੀਗੀ, BDO ਨੇ ਉਹਨੂੰ ਇਹੀ ਗੱਲ ਕਹੀ ਹੈ ਵੀ ਠੀਕ ਆ, ਅਸੀਂ ਸਟੱਡੀ ਕਰਾਂਗੇ, ਉਸ ਤੋਂ ਬਾਅਦ ਵੀ ਸੀ। ਫਿਰ ਉਸ ਤੋਂ ਬਾਅਦ ਇਹ ਸਾਰੇ ਉੱਠ ਕੇ ਬਾਹਰ ਆ ਗਏ, ਬਾਹਰ ਜਦੋਂ ਇਹ ਗੇਟ ਤੋਂ ਨਿਕਲ ਕੇ ਅੱਗੇ ਸੜਕ ਵੱਲ ਆਏ, ਉੱਥੇ ਜਾ ਕੇ ਜਿਹੜਾ ਹੈਗਾ ਇਹਨਾਂ ਦੀ ਮਨਦੀਪ ਸਰਪੰਚ ਉੱਥੇ ਆਇਆ, ਉਹਨਾਂ ਦੇ ਨਾਲ ਬੰਦੇ ਸੀ ਅਤੇ ਇਹ ਜਿਹੜੇ ਹੈਗੇ ਤੇ ਲੱਗਿਆ ਹੈਗਾ। ਮਨਦੀਪ ਬਰਾੜ ਉਹਦਾ ਨਾਮ ਹੈ, ਉਹ ਕੈਂਡੀਡੇਟ ਸੀਗਾ ਅਤੇ ਉਹਦੇ ਜਿਹੜਾ ਹੈਗਾ ਹੁਣ ਉਹਨੂੰ DMC ਰੈਫਰ ਕਰਤਾ ਅਤੇ ਉੱਥੇ ਜਿਹੜਾ ਹੈਗਾ ਉਹ ਨੈਕਸਟ ਜਦੋਂ ਕੀ ਹਾਲਾਤ ਹੈਗੇ ਉੱਥੇ ਪਤਾ ਲੱਗੂਗਾ। ਬਾਕੀ ਅਸੀਂ ਜਿਹੜਾ ਹੈਗਾ ਵੀਲ ਟੇਕ ਅ ਸਟ੍ਰਿਕਟ ਐਕਸ਼ਨ, ਇਹਦੇ ਜਿਹੜਾ ਹੈਗਾ ਜਿਹੜੀ ਕਾਰਵਾਈ ਹੈਗੀ ਆ ਉਹ ਪੂਰੀ ਤੱਕੜੀ ਕਰੀ ਜਾਊਗੀ, ਐਂਡ ਪਲੱਸ ਜਿਹੜਾ ਹੈਗਾ ਜਿਹਨੇ ਇਹ ਕੀਤਾ ਲੋ ਐਂਡ ਆਰਡਰ ਜਿਹੜਾ ਵੀ ਬ੍ਰੇਕ ਕਰ ਰਿਹਾ ਉਹਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰੀ ਜਾਊਗੀ। ਵੀਲ ਜੱਟ ਦਮ ਰੈਸਟ। ਗੋਲੀ ਜਿਹੜਾ ਹੈਗਾ ਇਹੀ ਪਤਾ ਲੱਗਿਆ, ਉਹਨੂੰ ਤਫਤੀਸ਼ ਕਰਾਂਗੇ ਵੀ ਨੋਨੀ ਮਾਨ ਐਂਡ ਉਹਦਾ ਬ੍ਰਦਰ ਸੀਗਾ,
ਉਹਨਾਂ ਦੇ ਜਿਹੜਾ ਹੈਗਾ ਉੱਥੇ ਟੈਸ ਚੱਕ ਕੇ ਕੱਢ ਕੇ ਪਿਸਟਲ ਮਾਰਿਆ। ਬਟ ਸੀਸੀਟੀਵੀ ਕੈਮਰਾ ਆ ਜੂਗਾ। ਗੋਲੀ ਜਿਹੜੀ ਹੈਗੀ ਆ ਇੱਕੋ ਹੀ ਵੱਜੀ ਹੈ, ਨਾਲ ਇੱਕ ਹੋਰ ਬੰਦਾ ਸੀ ਮਨਦੀਪ ਬਰਾੜ ਦੇ ਜਿਹਦੇ ਸ਼ਰੇ ਹੋਏ ਆ। ਹਾਂਜੀ, ਟੋਟਲ ਜਿਹੜਾ ਹੈਗਾ ਉਹ ਜਿਹੜਾ ਅਸੀਂ ਵੀ ਸੀ ਉਹ ਦੇਖ ਰਹੇ ਹਾਂ ਵੀਡੀਓ, ਉਹਦੇ ਨਾਲ ਅਸੀਂ ਪੂਰਾ ਕਨਫਰਮ ਕਰ ਦਾਂਗੇ। ਰਾਈਟ ਟਾਈਮ 'ਤੇ ਅਸੀਂ ਇਹ ਨਹੀਂ ਕਹਿ ਸਕਦੇ ਕਿੰਨੇ ਹੋਇਆ, ਬਿਕੋਜ਼ ਇਹਦੇ 'ਚ ਜਿਹੜਾ ਹੈਗਾ ਉਹ ਗਲਤ ਇਨਫੋਰਮੇਸ਼ਨ ਹੋ ਜੂਗੀ। ਲੈਟ ਅਸ ਵੈਰੀਫਾਈ ਦਾ ਫੈਕਟਸ ਪ੍ਰੋਪਰਲੀ ਐਂਡ ਦੈਨ ਵੀ ਵਿਲ ਟੈਲ ਯੂ ਅਗੇਨ। ਦਿਸ ਇਜ਼ ਕੀ ਬਾਈ ਜੀ, ਕਿਹੜਾ ਪਿੰਡ ਹੈ ਤੁਹਾਡਾ? ਚੱਕਮਾ। ਕੀ ਹੋਇਆ, ਕੀ ਹੈ ਬਾਈ? ਉੱਥੇ ਰੌਲਾ ਹੋ ਗਿਆ ਸੀਗਾ ਜੀ। ਨੂਨੀ ਮਾਨ ਨੇ ਪਹਿਲਾਂ ਦੋ ਹਵਾਈ ਕੱਢਿਆ ਜੀ, ਜੀ ਫਿਰ ਮੇਰੇ ਵੱਲੋਂ ਸਿੱਧਾ ਕਰਕੇ ਮਾਰਿਆ। ਅੱਛਾ, ਮੈਨੂੰ ਤਾਂ ਉਦੋਂ ਪਤਾ ਨਹੀਂ ਲੱਗਿਆ ਮੇਰੇ ਬੱਚੀ ਹੈ, ਬਾਅਦ 'ਚ ਮੈਂ ਵੇਖਿਆ ਨਾ ਮੇਰੇ ਬਲੱਡ ਨਿਕਲੀ ਜਾਂਦਾ ਸੀਗਾ ਜੀ, ਤਾਂ ਬਾਈ ਗੋਲੀ ਲੱਗ ਗਈ। ਕਿੰਨੇ ਜਣੇ ਸੀ ਉਹ? ਉਹ ਸੀਗੇ ਘੱਟੋ ਘੱਟ 25-30 ਜਣੇ। ਨੂਨੀ ਦੇ ਨਾਲ ਹੋਰ ਕੌਣ ਕੌਣ ਸੀ ਜਿਹਦੇ ਨਾਂ ਜਾਣਦੇ ਹੋ? ਨਹੀਂ ਬਾਈ, ਉਹਨਾਂ ਦੇ ਮੈਂ ਕਿਸੇ ਦੇ ਨਾਂ ਨਹੀਂ ਜਾਣਦਾ ਹੈ ਜੀ। ਇੱਕ ਉਹਨਾਂ ਦਾ ਬ੍ਰਦਰ ਸੀਗਾ। ਕੀ ਨਾਮ ਹੁੰਦਾ? ਹਰਦੇਵ ਮਾਨ ਜੀ। ਅੱਛਾ, ਹਾਂਜੀ ਠੀਕ। ਉਸ ਤੋਂ ਇਲਾਵਾ ਜਿਹੜੇ ਸੀ ਉਹ ਮੈਂ ਉਹਨਾਂ ਦੇ ਨਾਂ ਨਹੀਂ ਜਾਣਦਾ। ਠੀਕ। ਪੁਲਿਸ ਅਜੇ ਵੀ ਮਾਮਲੇ ਦੀ ਜਾਂਚ 'ਚ ਲੱਗੀ ਹੋਈ ਹੈ। ਆਪ MLA ਗੋਲਡ ਨੇ ਤਾਂ ਸਾਫ ਕਰਤਾ ਹੈ ਕਿ ਗੋਲੀ ਅਕਾਲੀ ਦਲ ਦੇ ਲੀਡਰ ਨੂਨੀ ਮਾਨ ਵੱਲੋਂ ਹੀ ਚਲਾਈ ਗਈ ਹੈ, ਪਰ ਹੁਣ ਆਉਣ ਵਾਲੇ ਸਮੇਂ 'ਚ ਵੇਖਣਾ ਹੋਵੇਗਾ ਇਸ 'ਤੇ ਕੀ ਕੁਛ ਨਿਕਲ ਕੇ ਸਾਹਮਣੇ ਆਉਂਦਾ। ਬਾਕੀ ਤੁਹਾਡਾ ਇਸ ਖਬਰ 'ਤੇ ਕੀ ਕੁਛ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ, ਅਤੇ ਵੇਖਦੇ ਰਹੋ ਪੰਜਾਬ ਤੱਕ।